उठा लो उठा लो, ध्यान नाल हनी ध्यान नाल बेटा, आप ऊपर से हेलो दोस्तों, की हाल चाल, ठीक ठाक। हनी शिवानी ब्लॉग, हनी शर्मा फिर तुहाडा एक बार स्वागत करता है। सब तो पहला तुहानू नवे साल दियां बहुत बहुत मुबारक वधाइयां पटाके। ते असी उम्मीद करते हैं कि ये जरा नवा साल चढ़ाया है तुहाडे लई साडे लई पटाके नहीं दित्ते, उही कहता पटाके पटाके दिवाली ते बसदे नवे साल ते थोड़ी परिवार खुश रहे। ते अगे मैं तुहानू साडे ब्लॉग्स देखण लई इन्हां नू पसंद करन लई बहुत बहुत धन्नवाद करदा, क्योंकि ये तुहाडा अपना ही चैनल है ते तुसी साडे ब्लॉग देखदे हो, कमेंट्स करदे हो, अपना टाइम कढदे हो, उहदे लई बहुत बहुत थैंक यू। नैक्सट हूँ जो ब्लॉग बन रहा है ये साड़ी वृंदावन यात्रा का लास्ट ब्लॉग होएगा, तो ये मेरे नाल दो मिस हैपनिंग हुई है ना शिवानी, बचाव हो गया बारे भी थानू दिखावांगे इस ब्लॉग दे विच। ते लास्ट तक ये ब्लॉग देखियो, तो शुरू कर दें अज का ब्लॉग। ठीक है शिवानी, तुसी शुरू करो 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 आजो। ਅਸੀਂ ਅੱਜ ਆਏ ਹਾਂ ਸਵੇਰੇ ਸਵੇਰੇ ਬਾਂਕੇ ਬਿਹਾਰੀ ਦਰਸ਼ਨ, ਸਾਡੇ ਨਾਲ ਸੁਖਮੀਤ ਨੇ, ਉਹਨਾਂ ਦੀ ਵਾਈਫ ਨੇ, ਅਸੀਂ ਦਰਸ਼ਨ ਕਰ ਰਹੇ ਹਾਂ। ਗੁੱਡੂ ਸਾਡੀ ਨਾਰਾਜ਼ ਹੋ ਗਈ, ਅਸੀਂ ਦਰਸ਼ਨ ਕਰਦੇ ਨੇ, ਭੀੜ ਬਹੁਤ ਹੈ ਅੰਦਰ ਪਰ ਵਧੀਆ ਦਰਸ਼ਨ ਹੋ ਗਏ, ਸ਼ਿਵਾਨੀ ਨੂੰ ਤਾਂ ਪ੍ਰਸ਼ਾਦ ਵੀ ਮਿਲ ਗਿਆ ਬਹੁਤ ਸਾਰਾ, ਭਰ ਕੇ ਥੈਲਾ ਦਿਖਾਇਓ, ਮੰਡ ਵੀ ਦਿੱਤਾ ਮੈਂ ਤਾਂ, ਤੁਸੀਂ ਤਾਂ ਚਲਾਉਂਦੇ ਆ ਕੇ ਬੜਾ ਹੀ ਹੈ। ਆਹ ਦੇਖੋ, ਤੇ ਹੁਣ ਆਪਾਂ ਵਾਪਸ ਚੱਲ ਰਹੇ ਹਾਂ ਅਗਲੇ ਮੰਦਿਰ 'ਚ। ਆਹ ਦੇਖੋ ਬਾਂਕੇ, ਇਹ ਮੇਨ ਹੈ ਬਾਂਕੇ ਬਿਹਾਰੀ ਦਾ ਉਰੇ ਜਿਹੜਾ ਮੰਦਿਰ ਹੈ, और अंदर कैमरा नहीं अलाउड है, कैमरा फड़ लेंगे इस करके से अंदर नहीं बनाई। यात्रा अपना मोबाइल पर के संभाल के रखे, एक दो से मोबाइल चोरों से हेलो असी हूँ राधा वल्लभ मंदिर दर्शन करे ने, ते बहुत ही फेमस मंदिर है, काफी रश सी उरे, ते असी दर्शन कर ले ने। ऐसे काना जी पूरे दयावान है, राधा रानी भी माला मिली है, बाकी बिहारी मंदिर च भी शिवानी नु प्रसाद मिलिया, उरे भी प्रसाद मिल गया दो लड्डुआ दा, असी भक्ति लोग है सानू ता मिले। पता आपको हम कहाँ पे आए हैं, इस्कॉन टेम्पल। ये जी इस्कॉन टेम्पल जिथे असी आ गए, आ जाओ असी है जी हूँ इस्कॉन टेम्पल, सवेर के 10 बजे ने, ते मास्क इस करके लाया हुआ भी मास्क में जरूरी कहते हैं, तो अंदर दर्शन करे ने, बड़ा वधिया लगे, शिवानी लाइव भी हुई थी देखा होना, तो अंग्रेजों का मंदिर करने, बहुत ही वधिया मंदिर है, बहुत ही साफ सुथरा, अभी तक भीड़ नहीं है क्योंकि सवेर का टाइम 9-10 बजे का, शाम को बहुत भीड़ हो जाती है, आप दर्शन कर लेने, संदेश खा लिया, संदेश पीता, खिचड़ी खा ली, तो होर केक खाया, बहुत ही टेस्टी सी, मजा आया, ਤੁਸੀਂ ਵੀ ਆਓ ਇਸਕੋਨ ਟੈਂਪਲ। ਸਾਰੇ ਟੈਂਪਲ ਇੱਥੇ ਦੇਖਣ ਵਾਲੇ ਆ, ਬਹੁਤ ਹੀ ਅੱਛਾ ਹੈ ਇਹ ਵੀ ਟੈਂਪਲ, ਔਰ ਅਰੇ ਫੋਰਨਰ ਆ ਕੇ ਕੀਰਤਨ ਕਰਦੇ ਆ, ਇੱਥੇ ਫੋਰਨਰ ਜਾਂਦੇ ਔਰ ਉਹੀ ਕੀਰਤਨ ਕਰਦੇ ਨੇ।
ਤੇ ਦੋਸਤੋ ਹੁਣ ਅਸੀਂ ਵਾਪਸ ਆਏ ਹਾਂ ਤੇ ਜੋ ਮੇਰੇ ਨਾਲ ਘਟਨਾ ਵਾਪਰੀ ਸੀ ਉਹਦੇ ਬਾਰੇ ਹੁਣ ਤੁਹਾਨੂੰ ਕਲਿਪ ਚ ਪਤਾ ਲੱਗੂਗਾ ਤੇ ਤੁਸੀਂ ਦੇਖਿਓ ਧਿਆਨ ਨਾਲ ਤੇ ਹੁਣ ਅਸੀਂ ਸਮਾਨ ਪੈਕ ਕਰਕੇ ਸੰਗਰੂਰ ਨੂੰ ਵਾਪਸੀ ਦੀ ਤਿਆਰੀ ਕਰਾਂਗੇ ਔਰ ਵਾਪਸ ਜਾਂਦੇ ਹੋਏ ਆਪਾਂ ਕੁਛ ਮੰਦਿਰਾਂ ਦੇ ਦਰਸ਼ਨ ਕਰਦੇ ਹੋਏ ਜਾਵਾਂਗੇ ਕਿਉਂਕਿ ਵਾਪਸੀ ਦੇ ਵਿੱਚ ਹਜੇ ਸਾਡੇ ਕੋਲ ਟਾਈਮ ਹੈਗਾ ਤੇ ਔਰ ਦੂਸਰੀ ਜਿਹੜੀ ਘਟਨਾ ਹੋਈ ਆ ਉਹ ਵੀ ਅਸੀਂ ਤੁਹਾਨੂੰ ਉਸੀ ਕਲਿਪਸ ਵਿੱਚ ਦਿਖਾਵਾਂਗੇ ਇਸ ਕਲਿਪ ਦੇ ਵਿੱਚ ਨਹੀਂ ਹੋਗੀ ਕਿਉਂਕਿ ਨੈਕਸਟ ਮੰਦਿਰ ਚ ਹੋਈ ਸੀਗੀ ਟੈਂਪਲ ਚ ਹੋਈ ਸੀ ਤਾਂ ਉਹ ਨੈਕਸਟ ਕਲਿਪਸ ਵਿੱਚ ਹੋਗੀ ਆਓ ਤੁਹਾਨੂੰ ਦਿਖਾਉਂਦੇ ਆ ਉਹ ਜੋ ਘਟਨਾ ਵਾਪਰੀ ਮੇਰੇ ਨਾਲ ਨੂਨ ਐਵਰੀਵਨ ਮੈਂ ਆਈ ਹਾਂ ਹੁਣ ਇੰਨੇ ਦਿਨਾਂ ਬਾਅਦ ਤੁਹਾਡੇ ਅੱਗੇ ਕਿਉਂਕਿ ਸਾਰਾ ਬਲੌਗ ਸੀ ਉਹ ਹਲੀ ਹੀ ਸ਼ੂਟ ਕਰਦੇ ਹੁੰਦੇ ਸੀ ਕਿਉਂਕਿ ਮੇਰੀ ਤਬੀਅਤ ਨਾ ਸੈੱਟ ਨਹੀਂ ਸੀਗੀ ਮੈਂ ਮਤਲਬ ਕੁਝ ਖਾਂਦੀ ਸੀ ਮੈਨੂੰ ਡਾਈਜੈਸਟ ਨਹੀਂ ਹੋ ਰਿਹਾ ਸੀਗਾ ਕਿਉਂਕਿ ਪਹਿਲਾਂ ਆਪਾਂ ਵੈਸ਼ਨੋ ਦੇਵੀ ਤੋਂ ਆਏ ਫਿਰ ਵੈਸ਼ਨੋ ਦੇਵੀ ਤੋਂ ਸਿੱਧਾ ਅਸੀਂ ਵਰਿੰਦਾਵਨ ਆ ਗਏ ਇੱਕ ਅੱਧੇ ਦਿਨ ਦੇ ਗੈਪ ਦੇ ਵਿੱਚ ਤੇ ਜਿਹਦੇ ਕਰਕੇ ਮੈਂ ਥੋੜੀ ਜਿਹੀ ਪਰੇਸ਼ਾਨ ਰਹੀ ਮੇਰੀ ਜਿਹੜੀ ਹੈਲਥ ਆ ਉਹ ਅਲਾਓ ਨਹੀਂ ਕਰ ਰਹੀ ਸੀ ਪਰ ਫਿਰ ਵੀ ਚਲੋ ਆਪਾਂ ਇੱਥੇ ਆ ਕੇ ਬਿਹਾਰੀ ਜੀ ਦੇ ਦਰਸ਼ਨ ਹੋਏ ਔਰ ਬੜਾ ਅੱਛਾ ਲੱਗਿਆ ਮੈਨੂੰ ਇੱਥੇ ਬਿਹਾਰੀ ਜੀ ਦਰਸ਼ਨ ਕਰਕੇ ਕਿਉਂਕਿ ਨਾ ਜਦੋਂ ਮੈਂ ਦਰਸ਼ਨ ਕੀਤੇ ਬਿਹਾਰੀ ਜੀ ਦੇ ਮੈਂ ਪ੍ਰਸ਼ਾਦ ਲੈਣ ਅੱਗੇ ਗਈ ਤਾਂ ਮੈਨੇ ਉਹਨਾਂ ਨੂੰ ਕਿਹਾ ਵੀ ਇੱਕ ਕੈਂਡੀ ਦੇ ਦਿਓ ਬਸ ਮੇਰੀ ਬੇਟੀ ਦੇ ਲਈ ਉਹਨਾਂ ਨੇ ਮੈਨੂੰ ਸਾਰਾ ਪੋਲੀਥੀਨ ਦੇ ਦਿੱਤਾ ਕਹਿੰਦੇ ਆਪ ਸਾਰਾ ਹੀ ਲੈ ਜਾਓ ਫਿਰ ਮੈਨੇ ਹੋਰਾਂ ਨੂੰ ਵੀ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਉਹਦੇ ਵਿੱਚੋਂ ਔਰ ਬੜੀ ਖੁਸ਼ੀ ਜੀ ਹੋਈ ਫਿਰ ਉਸ ਤੋਂ ਬਾਅਦ ਅਸੀਂ ਰਾਧਾ ਰਾਣੀ ਦੇ ਮੰਦਿਰ ਗਏ ਉੱਥੇ ਮੈਨੂੰ ਪਤਾ ਨਹੀਂ ਸੀਗਾ ਵੀ ਅੱਗੇ ਭੇਟ ਦਿੰਦੇ ਨੇ ਫਿਰ ਪ੍ਰਸ਼ਾਦ ਆਉਂਦਾ ਆ ਤੇ ਉੱਥੇ ਵੀ ਮੈਨੂੰ ਪ੍ਰਸ਼ਾਦ ਬਿਨਾਂ ਭੇਟ ਤੋਂ ਮਿਲ ਗਿਆ ਪਲੱਸ ਮੈਨੂੰ ਉੱਥੇ ਰਾਧਾ ਰਾਣੀ ਤੇ ਚੜਾਇਆ ਹੋਇਆ ਹਾਰ ਵੀ ਮਿਲ ਗਿਆ ਬੜਾ ਮਨ ਨੂੰ ਮਤਲਬ ਖੁਸ਼ੀ ਹੋਈ ਦੇਖ ਕੇ ਕਿ ਇੱਕ ਕਹਿ ਲਓ ਕਿ ਮੈਂ ਇੰਨੀ ਜ਼ਿਆਦਾ ਭਗਤ ਤਾਂ ਨਹੀਂ ਹੈਗੀ ਬਟ ਫਿਰ ਵੀ ਉੱਥੇ ਦੀ ਜਿਹੜਾ ਦੇਖ ਕੇ ਨਾ ਮੇਰੇ ਮਨ 'ਚ ਵੀ ਉੱਠ ਗਿਆ ਇੱਕ ਹੁੰਦਾ ਨਾ ਆਪਾਂ ਇੱਕ ਸ਼ਰਧਾ ਜੀ ਉੱਠ ਜਾਂਦੀ ਆ ਵੀ ਭਗਵਾਨ ਮੈਨੂੰ ਆਪ ਦੇ ਰਹੇ ਨੇ ਸਾਰਾ ਕੁਛ ਆਪ ਕਰ ਰਹੇ ਹੈ ਔਰ ਬੜਾ ਮਜ਼ਾ ਆਇਆ ਸਭ ਦੇਖ ਕੇ ਔਰ ਇੱਕ ਸ਼ਰਧਾ ਵੀ ਮੇਰੇ 'ਚ ਜਾਗ ਗਈ ਜੋ ਹੈ ਨਹੀਂ ਸੀ ਤੇ ਇੱਕ ਗੱਲ ਐਵੇਂ ਹੋਈ ਅਸੀਂ ਜਦੋਂ ਬਾਂਕੇ ਬਿਹਾਰੀ ਮੰਦਿਰ ਗਏ ਤੇ ਹਨੀ ਨੇ ਗੁੱਡੂ ਨੂੰ ਇੱਥੇ ਬਿਠਾਇਆ ਹੋਇਆ ਸੀ ਆਪਣੇ ਕਿਉਂਕਿ ਉੱਥੇ ਕੈਮਰਾ ਅਲਾਓ ਨਹੀਂ ਹੁੰਦਾ ਅੰਦਰ ਅਸੀਂ ਫੋਟੋ ਕਲਿੱਕ ਨਹੀਂ ਕਰ ਸਕਦੇ ਉਹ ਕੈਮਰਾ ਪਕੜ ਕੇ ਲੈ ਜਾਂਦੇ ਆ ਫਿਰ ਜਦੋਂ ਇਹਨਾਂ ਨੇ ਗੁੱਡੂ ਨੂੰ ਇੱਥੇ ਬਿਠਾਇਆ ਇਹਨਾਂ ਨੇ ਆਪਣੀ ਪੋਕਿਟਸ ਨੂੰ ਛੱਡ ਦਿੱਤਾ ਧਿਆਨ ਨਹੀਂ ਦਿੱਤਾ ਤੇ ਕਿਸੇ ਨੇ ਇਹਨਾਂ ਦੀ ਪੋਕਿਟ ਹੀ ਕੱਟ ਲਈ ਹਲੇ ਫਿਰ ਵੀ 1500 ਰੁਪਏ ਸੀ ਜ਼ਿਆਦਾ ਨੁਕਸਾਨ ਨਹੀਂ ਹੋਇਆ ਬਟ ਫਿਰ ਵੀ ਕੁਛ ਲੋਕ ਐਸੇ ਹੁੰਦੇ ਨੇ ਜੋ ਮਤਲਬ ਐਵੇਂ ਇੰਨੀ ਭੀੜ ਦੇ ਵਿੱਚ ਆਪਣਾ ਕਾਰਾ ਕਰ ਜਾਂਦੇ ਨੇ ਪੇੜ ਵਿੱਚ ਇਹੋ ਜਿਹੀ ਗਰੋਹ ਆਉਂਦੇ ਨੇ ਵੀ ਉਹਨਾਂ ਦਾ ਕੰਮ ਹੀ ਇਹ ਹੁੰਦਾ ਸਾਨੂੰ ਉਰੇ ਦੱਸਿਆ ਗਿਆ ਕਿ ਇਹ ਜਿਹੜਾ ਨਾ ਗਰੋਹ ਹੈ ਦਿੱਲੀ ਤੋਂ ਆਉਂਦੇ ਆ ਇਹ ਜ਼ਿਆਦਾ ਮੈਕਸੀਮਮ ਲੇਡੀਜ਼ ਹੁੰਦੀਆਂ ਇਹਨਾਂ ਦੇ ਵਿੱਚ ਜੋ ਇਹੋ ਜਿਹੇ ਕਾਰੇ ਕਰਦੀਆਂ ਜੇਬ ਕੱਟ ਲੈਂਦੀਆਂ ਆ ਕੁਛ ਵੀ ਅਸੀਂ ਵੀ ਧਿਆਨ ਨਾਲ ਲਓ ਤੇ ਉਹਦੇ ਵੀ ਅਨਾਉਂਸਮੈਂਟ ਵਗੈਰਾ ਵੀ ਹੁੰਦੀ ਰਹਿੰਦੀ ਵੀ ਹਰ ਟਾਈਮ ਅਨਾਉਂਸਮੈਂਟ ਕਰਦੇ ਵੀ ਆਪਣੀ ਪਾਕਟ ਆਪਣੇ ਬੱਚੇ ਆਪਣੇ ਮੋਬਾਈਲ ਦਾ ਜ਼ਰੂਰ ਧਿਆਨ ਰੱਖੋ ਵੈਸੇ ਵੀ ਜਿੱਥੇ ਭੀੜ ਹੋਵੇ ਉੱਥੇ ਧਿਆਨ ਰੱਖਣਾ ਹਾਂਜੀ ਥੋੜਾ ਘੱਟੋ ਘੱਟ ਪੈਸੇ ਲੈ ਕੇ ਲਓ ਸ਼ੁਕਰ ਹੈ ਹਲੇ ਮੈਂ ਆਪਣਾ ਮੰਗਲ ਸੂਤਰ ਨਹੀਂ ਇਹਨਾਂ ਦੀ ਪਾਕਿਟ ਚ ਪਾਇਆ ਨਹੀਂ ਤਾਂ ਮੇਰਾ ਉਹ ਵੀ ਚਲ ਜਾਣਾ ਸੀਗਾ ਇਹ ਕਹਿ ਰਹੇ ਸੀ ਮੇਰੀ ਪਾਕਿਟ ਚ ਪਾ ਦਿਓ ਮੈਂ ਕਿਹਾ ਨਾ ਨਾ ਮੇਰੇ ਗਲੇ 'ਚ ਠੀਕ ਹੈ ਮੇਰਾ ਦਿਖ ਨਹੀਂ ਰਿਹਾ ਖੈਰ ਕੋਈ ਗੱਲ ਨਹੀਂ ਮੈਂ ਉੱਪਰ ਕੋਟ ਪਾ ਲਿਆ ਸੀਗਾ ਤੇ ਉਹਦਾ ਵੀ ਬਚਾਅ ਹੋ ਗਿਆ ਚਲੋ ਪਰਮਾਤਮਾ ਜੋ ਕਰਦਾ ਅੱਛਾ ਹੀ ਕਰਦਾ ਆ ਬਾਕੀ ਜਦੋਂ ਬਾਂਕੇ ਬਿਹਾਰੀ ਜੀ ਦਾ ਪ੍ਰਸ਼ਾਦ ਮਿਲ ਗਿਆ ਤਾਂ ਸਭ ਭੁੱਲ ਗਿਆ ਠੀਕ ਹੈ ਨਾ ਇਹ ਥੋੜੇ ਜਿਹੇ ਸੈਡ ਲੱਗ ਰਿਹਾ ਚਲੋ ਐਨੀਵੇਜ਼ ਹੁਣ ਅਸੀਂ ਇਹ ਰੂਮ ਨੂੰ ਛੱਡਣਾ ਆ ਤੇ ਹੁਣ ਸਾਨੂੰ ਕਿਹਾ ਹੈ ਕਿ ਪੈਕਿੰਗ ਕਰ ਦਿਓ ਅਸੀਂ ਆਪਣੀ ਪੈਕਿੰਗ ਕਰ ਲਈ ਆ ਰੂਮ ਨੂੰ ਪੂਰਾ ਸੈੱਟ ਕਰਕੇ ਜਾਵਾਂਗੇ ਜਿਵੇਂ ਸਾਨੂੰ ਦਿੱਤਾ ਸੀ ਉਵੇਂ ਹੀ ਰੱਖ ਕੇ ਜਾਵਾਂਗੇ ਅਸੀਂ ਰੂਮ ਨੂੰ ਕਿਉਂਕਿ ਜਿੱਦਾਂ ਸਾਨੂੰ ਦੇਣਦੇ ਆ ਤਾਂ ਆਪਾਂ ਨੂੰ ਵੀ ਉਹਨਾਂ ਨੂੰ ਉਦਾਂ ਹੀ ਲੁਟਾਉਣਾ ਚਾਹੀਦਾ ਆ ਪੂਰਾ ਕਲੀਨ ਕਰਕੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਅਸੀਂ ਸਾਨੂੰ ਕਿੱਦਾਂ ਮਿਲਿਆ ਸੀ ਅਸੀਂ ਕਿੱਦਾਂ ਛੱਡ ਕੇ ਜਾ ਰਹੇ ਹਾਂ ਲਓ ਜੀ ਆਪਾਂ ਰੂਮ ਪੂਰਾ ਸੈੱਟ ਕਰ ਦਿੱਤਾ ਆਪਣਾ ਸਮਾਨ ਪੈਕ ਹੋ ਗਿਆ ਹੋਰ ਵੀ ਜ਼ਿਆਦਾ ਹੋ ਗਿਆ ਪਹਿਲੇ ਨਾਲੋਂ ਮੈਨੂੰ ਤਾਂ ਲੱਗਦਾ ਅਤੇ ਇਹ ਰੂਮ ਆਪਾਂ ਸੈੱਟ ਕਰ ਦਿੱਤਾ ਜਿੱਦਾਂ ਸਾਨੂੰ ਦਿੱਤਾ ਉਵੇਂ ਅਸੀਂ ਬਿਲਕੁਲ ਇਹਨੂੰ ਕਰ ਦਿੱਤਾ ਆ ਵਾਸ਼ਰੂਮ ਵੀ ਸਾਰਾ ਕਲੀਨ ਕਰਤਾ ਜਿੱਦਾਂ ਸੀ ਜਿਸ ਤਰ੍ਹਾਂ ਸਾਨੂੰ ਰੂਮ ਮਿਲਿਆ ਉਸੇ ਤਰ੍ਹਾਂ ਹੀ ਅਸੀਂ ਇਹਨੂੰ ਅਰੇਂਜ ਕਰਕੇ ਚੱਲੇ ਹਾਂ ਆਪਣੀ ਬਾਣੀ ਦੇ ਥੱਕ ਗਏ ਵਿਚਾਰੇ ਅਰੇਂਜ ਕਰਨ ਤੋਂ ਬਾਅਦ ਸਾਰਾ ਸਮਾਨ ਪੈਕ ਕਰਨ ਤੋਂ ਬਾਅਦ ਦਕਸ਼ੀ ਦਾ ਬਾਹਰ ਪਲੇ ਕਰ ਰਹੀ ਹੈ ਇੱਥੇ ਨਾ ਜਿਹੜਾ ਮੱਠ ਹੈ ਉਹਦੇ ਬਾਰੇ ਦੱਸੋ ਹਨੀ ਨੀਚੇ ਅੱਜ ਕੀ ਹੈ ਇਮਲੀ ਤਲਾਅ ਤੇ ਆ ਯਮੁਨਾ ਤੱਟ ਇਮਲੀ ਤਲਾਬ ਦੇ ਕੋਲ ਆਪਾਂ ਬੋਟਿੰਗ ਨਹੀਂ ਕਰੀ ਉਰੇ ਇਮਲੀ ਘਾਟ ਕੋਲ ਬੋਟਿੰਗ ਨਹੀਂ ਕਰੀ ਬੋਟਿੰਗ ਰਹਿ ਗਈ ਮੌਸਮ ਥੋੜਾ ਠੰਡਾ ਸੀ ਅੱਜ ਤੇ ਉਰੇ ਅੱਜ ਇਹਨਾਂ ਦੇ ਗੁਰੂ ਜੀ ਦਾ ਜਨਮ ਦਿਨ ਹੈ ਕਿਸੇ ਦਾ ਤੇ ਉੱਥੇ ਉਹਦੇ ਲਈ ਨੀਚੇ ਪ੍ਰੋਗਰਾਮ ਚੱਲ ਰਿਹਾ ਤੇ ਇਹਨਾਂ ਨੇ ਭੰਡਾਰਾ ਵੀ ਬਹੁਤ ਬੜਾ ਰੱਖਿਆ ਤੇ ਉਸ ਤੋਂ ਬਾਅਦ ਆਪਾਂ ਪ੍ਰਸ਼ਾਦ ਗ੍ਰਹਿਣ ਕਰਨ ਤੋਂ ਬਾਅਦ ਜਾਵਾਂਗੇ ਤੁਹਾਨੂੰ ਸ਼ਿਵਾਜੀ ਨੀਚੇ ਦਿਖਾਊਗੀ ਉਹਦੇ ਨਾਲ ਥੋੜਾ ਜਿਹਾ ਵਿਊ ਦਿਖਾਊਗੀ ਜਿਵੇਂ ਵੀ ਪ੍ਰੋਗਰਾਮ ਚੱਲ ਰਿਹਾ ਅਸੀਂ ਨੀਚੇ ਹੀ ਜਾ ਰਹੇ ਹਾਂ ਹਾਲੇ ਨੀਚੇ ਕੀਰਤਨ ਚੱਲ ਰਿਹਾ ਮੈਨੂੰ ਲੱਗਦਾ ਹੋ ਗਿਆ ਖਤਮ ਆਵਾਜ਼ ਨਹੀਂ ਆ ਰਹੀ ਰੋਟੀ ਹੋਰ ਲੱਗ ਗਈ ਹੋਣੀ ਚਲੋ ਆਪਾਂ ਚੱਲਦੇ ਹਾਂ ਨੀਚੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਪਾ ਲਓ ਹਣੀ ਪੈ ਚੱਲ ਦਕਸ਼ਿਤਾ ਨੀਚੇ
वोटिंग करके बैठ जा बेटा, उधर गिर जाएगा, बैठ के देखो। हाँ इसमें बहुत कुछ होता है, फिश मजा आ रहा है। सीधा मोटर आई बैठे हैं, लोग हाथ खाली भी कर रहे हैं। दोस्तों प्रसाद ग्रहण करने तो बाद अपा ने शिवानी के कहन के अनुसार इन्हों की खुशी के अनुसार वोटिंग भी कर ली सी, हूं आप वापसी की तैयारी चा, हूं आप बस जावांगे, उस तो बाद जेडे भी मंदिर जावांगे थोनू दिखावांगे, तो साडा वापसी का टूर होगा, आओ लैके चलते हैं थोनू। असि रमन रेट्टी और ये कहते ने कि भगवान कृष्ण रेत लोटे से उरे चल पासे रेट ही रेट है, पर हुण उरे मैट पे साहिब नहीं है रेत, तो दूसरी चल रही है रेत है, क्योंकि उरे कितो चल रही है, तेनू इस जगह भी रेत है रमन रेती, ते सारे रमन रेती लोग काफी काफी बड़ा, वो देखो उधर भी लिखा रहे हैं अरे यार ये वेदों ने बड़ी सुंदर स्तुति भगवान की करी, भगवान के स्वास्थ्य वेद उत्पन्न हुए, स्तुति भगवती उनमें शक्ति रूप होकर वेद द्वारा भगवान की स्तुति करी, तो बड़ी लंबी चौड़ी स्तुति है सब भाषण की एक बात जन्म होया चौरासी खंभा और जो चौरासी खंभे ने इन चौरासी खंभा मंदिर कहा जाता है, कि उन्होंने तो गिन नहीं सकते है, कोई अज तक गिन नहीं सकया है, कोई गिन ले तो गिर ले आ जाए। डिप्पी ले लेना माता जी इधर से, लौट के डिप्पी देना ही ले लो, डिप्पी हो रहे दीपे लेके जाओ भैया, जमुना में आएंगे बस डिप्पी। अच्छा लगायो ले लो, जाओ ना डिप्पी ले जाओ बाबू जी, लौट के दीजिए बेटा, आ जा आ जा, अस्सी हम ब्रह्मांड का टाइम लगावांगे, और ये दी मानता ये है कि और कृष्ण जी ने मिट्टी खाई थी, ये बहुत बड़ा एरिया है जिन्हें पकिए की रेंदे उ खाते हो रहे थे, उन्होंने बहुत बड़ा घर से पहला, इस करके ब्रह्मांड वो डाल रहे बेटा, चलो चलिए तो लगा बेटा पढ़ो यार, ये फ्लावर दे दो इसको, एक वो कर देगी, ये फ्लावर ले ले, फ्लावर कर दो, चलो उठा लो उठा लो, ध्यान नाल हनी ध्यान नाल बेटा, आप ऊपर से चलो 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 चलो
ਹੁਣੀ ਤੁਸੀਂ ਕਲਿੱਪ ਚ ਦੇਖਿਆ ਸੀ ਜਿਹੜੀ ਦੂਸਰੀ ਘਟਨਾ ਵਾਪਰੀ, ਮੇਰਾ ਪੈਰ ਸਲਿੱਪ ਕਰ ਗਿਆ ਤੇ ਮੈਂ ਬ੍ਰਹਮਾਂਡਗੜ ਵਿੱਚ ਯਮੁਨਾ ਦੇ ਵਿੱਚ ਗਿਰ ਗਿਆ ਤੇ ਬਚਾਓ ਹੋ ਗਿਆ ਉਥੋਂ, ਤੇ ਸ਼ਿਵਾਨੀ ਕਾਫੀ ਡਰ ਗਈ, ਇਹਨੇ ਚੀਕਾਂ ਵੀ ਮਾਰੀਆਂ ਦੋ ਚਾਰ, ਪਰ ਨੀਚੇ ਸੀੜੀਆਂ ਸੀ, ਚਲੋ ਮੈਂ ਬਾਹਰ ਆ ਗਿਆ ਇੱਕੋਦਮ ਬੜੀ ਤੇਜ਼ੀ ਨਾਲ ਤੇ ਅੱਧਾ ਬੈਠ ਹੋ ਗਿਆ ਤੇ ਫਿਰ ਉਸੇ ਤਰ੍ਹਾਂ ਵਾਪਸ ਆਏ ਤੇ ਵਾਪਸ ਬੱਸ ਜਾ ਕੇ ਆਪਣਾ ਪਜਾਮਾ ਚੇਂਜ ਕੀਤਾ ਤੇ ਨੈਕਸਟ ਹੁਣ ਤੁਹਾਨੂੰ ਅੱਗੇ ਦਿਖਾਵਾਂਗੇ। ਰਾਤ ਦੇ ਵਜ ਰਹੇ ਨੇ 2:30 ਤੇ ਆਪਾਂ ਖੜੇ ਆ ਨੈਸ਼ਨਲ ਹਾਈਵੇ ਤੇ, ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਹੀ ਰਹੇ ਹੋ ਸਾਰਾ ਨੈਸ਼ਨਲ ਹਾਈਵੇ ਹੈ ਤੇ ਆਪਾਂ ਮੂਰਥਲ ਖੜੇ ਆ ਤੇ ਉਰੇ ਅਸੀਂ ਰੁਕੇ ਆ ਆਪਣੀ ਪਿੱਠ ਸਿੱਧੀ ਕਰਨ ਲਈ ਤੇ ਚਾਹ ਵਗੈਰਾ ਪੀਣ ਲਈ। ਆ ਦੇਖੋ ਸ਼ਿਵਾਨੀ ਪੂਰੀ ਤਰ੍ਹਾਂ ਆਕੜੀ ਹੋਈ ਹੈ, ਮੈਚਿੰਗ ਕਦੀ ਕਦੀ ਹੋ ਜਾਂਦੀ ਹੈ ਭੁੱਲ ਭੁਲੇਖੇ, ਪ੍ਰਭੂ ਜੀ ਕਰਵਾ ਦਿੰਦੇ ਆਪਾਂ ਤਾਂ ਕਰਦੇ ਨੀ। ਇਹ ਹੈਗਾ ਜੀ ਪਿੱਛੇ ਗੁਲਸ਼ਾ ਢਾਬਾ ਤੇ ਅਸੀਂ ਹੁਣ ਉਰੇ ਚਾਹ ਪੀਵਾਂਗੇ ਤੇ ਇਹ ਹੈਗਾ ਮੁਰਥਲ, ਆ ਸਾਰਾ ਨੈਸ਼ਨਲ ਹਾਈਵੇ ਹੈ ਸਾਰੇ, ਦੇਖੋ ਰਾਤ ਨੂੰ ਕਿੰਨੀ ਆਵਾਜਾਈ ਹੈ, ਜਿਹੜਾ ਕਿ ਢਾਬਿਆਂ ਲਈ ਮਸ਼ਹੂਰ ਹੈ ਹਾਈਵੇ ਢਾਬਿਆਂ ਲਈ, ਤੇ ਉਰੇ ਲੋਕੀ ਰੁਕਦੇ ਨੇ ਚਾਹ ਪਾਣੀ ਪੀਂਦੇ ਨੇ ਤੇ ਸ਼ਿਵਾਨੀ ਜਾ ਰਹੀ ਹੈ ਅੰਦਰ, ਦੇਖੋ ਚਾਹ ਵਗੈਰਾ ਪੀਣੀ ਹੈ ਕਿ ਨਹੀਂ ਪੀਣੀ, ਹੁਣ ਨਜ਼ਾਰਾ ਦੇਖ ਲੈਂਦੇ ਆਪਾਂ ਕਿੱਦਾਂ ਦਾ। ਤੁਸੀਂ ਖਾਓ ਮੈਂ ਨਹੀਂ ਕੁਛ। ਰਾਤ ਨੂੰ 3 ਵਜੇ ਸ਼ਿਵਾਨੀ ਨੂੰ ਯਾਦ ਆ ਗਏ ਗੋਲ ਗੱਪੇ, ਕਹਿੰਦੀ ਹੁਣ ਮੈਨੇ ਗੋਲ ਗੱਪੇ ਖਾ ਕੇ, ਹਜੇ ਪਾਣੀ ਟੇਸਟ ਕਰ ਰਹੀ ਹੈ, ਪਹਿਲੇ ਪਾਣੀ ਟੇਸਟ ਕਰਾ ਦੇਣਾ ਭਈਆ, ਵਧੀਆ ਹੋਊਗਾ ਉਰੇ ਤਾਂ ਪਾਣੀ, ਚਲੋ ਐਡਾ ਬੜਾ ਢਾਬਾ ਖੋਲਿਆ। ਹਾਂਜੀ ਕੀ ਬਣਿਆ? ਠੀਕ ਹੈ ਨਾ? ਮੈਂ ਨਹੀਂ ਪੀਣਾ, ਮਿਰਚਾਂ ਜ਼ਿਆਦਾ, ਮਿੱਠਾ ਜ਼ਿਆਦਾ ਪਵਾ ਲਿਓ, ਠੀਕ ਹੈ, ਮਿਰਚਾਂ ਜ਼ਿਆਦਾ ਪਈਆਂ ਹੋਈਆਂ ਨੇ। 50 ਰੁਪਏ ਦੇ 6 ਪੀਸ ਗੋਲ ਗੱਪੇ ਨੇ ਤੇ ਆ ਲੱਗੀ ਹੋਈ ਹੈ ਸ਼ਿਵਾਨੀ ਖਾਣ, ਭੁੱਖ ਲੱਗੇਗੀ ਜ਼ਿਆਦਾ, ਠੀਕ ਹੈ। ਤੇ ਸਾਡੀ ਸਾਰੀ ਸੰਗਤ ਬੈਠੀ ਚਾਹ ਪੀ ਰਹੀ ਹੈ, ਆਹ ਸਾਡੇ ਔਰਗਨਾਈਜ਼ਰ ਨੇ ਮਨੀਸ਼ ਜੀ, ਰਾਧੇ ਰਾਧੇ ਨੇ, ਤਾਂ ਸਾਰੇ ਖੜੇ ਨੇ, ਰਸ ਖਾ ਰਹੇ ਨੇ, ਚਾਹ ਪੀ ਰਹੇ ਨੇ, ਨੀਂਦ ਚ ਨੇ ਵਿਚਾਰੇ ਸਾਰੇ। ਹਾਂਜੀ ਸ਼ਿਵਾਨੀ ਖਾ ਲਏ ਗੋਲ ਗੱਪੇ, ਕਿੱਦਾਂ ਲੱਗੇ? ਠੀਕ ਸੀ, ਦੱਸਿਓ ਕਿੰਨੇ ਨੰਬਰ ਨੇ? 8 ਨੰਬਰ ਦਿੱਤੇ ਨੇ, ਮਤਲਬ ਵਧੀਆ ਸੀ ਗੋਲ ਗੱਪੇ। ਆਹ ਸਾਰਾ ਗੁਲਸ਼ਨ ਢਾਬਾ ਅੰਦਰ ਹੈ, ਆਹ ਸਾਰੀ ਸੰਗਤ ਬੈਠ ਕੇ ਚਾਹ ਪੀ ਰਹੀ ਹੈ, ਸਾਡੇ ਮੈਡਮ ਹੋਰੀ ਬੈਠੇ ਨੇ, ਇਹਨਾਂ ਕੋਲ ਪੁੱਛ ਲਓ। ਇਹਨਾਂ ਦਾ ਡਾਈਨਿੰਗ ਹਾਲ, ਆਹ ਦੇਖੋ ਜੀ ਮਿੱਟੀ ਦੇ ਭਾਂਡਿਆਂ ਦਾ ਟ੍ਰੈਂਡ ਫੇਰ ਤੋਂ ਆ ਰਿਹਾ, ਮਿੱਟੀ ਦੇ ਅਲੱਗ ਅਲੱਗ ਤਰ੍ਹਾਂ ਦੇ ਬਰਤਨ ਨੇ, ਲੋਕੀ ਹੁਣ ਦੁਬਾਰਾ ਤੋਂ ਇੱਧਰ ਜਾ ਰਹੇ ਨੇ, ਮਿੱਟੀ ਦਾ ਪ੍ਰੈਸ਼ਰ ਕੁੱਕਰ, ਬੋਟਲ, ਪਤੀਲੇ, ਕੱਪ, ਗਲਾਸ, ਸਾਰੀ ਚੀਜ਼ਾਂ। ਕਿਹਨੂੰ ਫੋਨ ਕਰ ਰਹੇ ਹੋ? ਮੰਮੀ ਨੂੰ, ਉਰੇ ਤਾਂ ਵਿਆਹ ਲਈ ਬੈਠਦੇ ਨੇ ਜਿਹਨਾਂ ਦਾ ਵਿਆਹ ਹੋ ਰਿਹਾ, ਦੇਖੋ ਜੀ ਆਂਟੀ ਜੀ ਗੋਲ ਧਾਰੇ ਚ ਖੜੇ ਨੇ,
मनीष जी लगे हुए ने अपनी मम्मी जी दे फोटो खींचे। सो फ्रेंड्स ये सारा वृंदावन की यात्रा का ब्लॉग ते उम्मीद करते हैं तुम सारे ने ब्लॉग बहुत इंजॉय करिया होगा। जे इंजॉय करिया तो लाइक शेयर ते सब्सक्राइब कर दियो। जिन्होंने हल तक साडे चैनल सब्सक्राइब नहीं करिया ता प्लीज सब्सक्राइब कर दियो। ता उस दे लई थानू एडवांस विच थैंक यू ते आपां मिलदे हां एक नवे ब्लॉग दे नाल जल्दी ही। तद तक दे लई बाय बाय टेक केयर।